ਅੱਜ ਤੁਸੀਂ ਆਪਣਾ ਕਮੈਂਟ ਜ਼ਰੂਰ ਲਿਖਿਓ ਕਿ ਇਸ ਸ਼ਰਮਨਾਕ ਘਟਨਾ ਬਾਰੇ ਤੁਸੀਂ ਕੀ ਕਹੋਗੇ। ਘਟਨਾ ਵਾਪਰੀ ਹੈ ਜੀ ਕਿ ਇੱਕ ਕੁੜੀ ਨੂੰ ਇਸ ਕਰਕੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨੀ ਪਈ ਕਿਉਂਕਿ ਉਹਦੇ ਸਹੁਰੇ ਪਰਿਵਾਰ ਵਾਲੇ ਉਹਦਾ ਰੰਗ ਕਾਲਾ ਹੋਣ ਕਰਕੇ, ਗੋਰਾ ਰੰਗ ਨਾ ਹੋਣ ਕਰਕੇ ਉਹਨੂੰ ਤਾਨੇ ਮਾਰਦੇ ਸੀ, ਮਿਹਣੇ ਮਾਰਦੇ ਸੀ ਔਰ ਉਹਦੇ ਹੱਥੋਂ ਰੋਟੀ ਨਹੀਂ ਸੀ ਖਾਂਦੇ। ਇਸ ਤਰ੍ਹਾਂ ਦੀ ਘਟਨਾ ਦੀ ਜਾਣਕਾਰੀ ਆ ਰਹੀ ਹੈ ਕਿ ਇੱਕ ਕੁੜੀ ਜਿਹੜੀ ਅਬੋਹਰ ਦੇ ਰਾਏਪੁਰ ਪਿੰਡ ਦੀ ਸੀ, ਮੋਗਾ ਦੇ ਵਿੱਚ ਵਿਆਹੀ ਹੋਈ ਸੀ ਔਰ ਹੁਣ ਉਹਦੇ ਪਰਿਵਾਰ ਵਾਲੇ ਦੱਸ ਰਹੇ ਨੇ ਕਿ ਅੱਜ ਉਸ ਕੁੜੀ ਨੇ ਨਹਿਰ 'ਚ ਛਾਲ ਮਾਰ ਕੇ ਆਪਣਾ ਜੀਵਨ ਸਮਾਪਤ ਕਰ ਲਿਆ ਕਿਉਂਕਿ ਉਹਨੂੰ ਕਾਲੇ ਰੰਗ ਕਾਰਨ ਤਾਨੇ ਮਾਰੇ ਜਾਂਦੇ ਸੀ। ਹੁਣ ਤੁਸੀਂ ਦੇਖੋ ਇਹ ਕਿੰਨੀ ਘਟੀਆ ਸੌੜੀ ਤੇ ਛੋਟੀ ਸੋਚ ਹੈ ਕਿ ਕਿਸੇ ਨੂੰ ਰੰਗ ਕਾਰਨ ਤਾਨੇ ਮਾਰੇ ਜਾਣ। ਰੰਗ ਕੁਦਰਤ ਨੇ ਦਿੱਤੇ ਨੇ ਤੇ ਕੁਦਰਤ ਨੇ ਜੋ ਵੀ ਕੀਤਾ ਹੈ ਉਹ ਸਾਡੀ ਅਕਲ ਨਾਲੋਂ ਕਿਤੇ ਵੱਡਾ ਹੁੰਦਾ ਹੈ। ਤੇ ਤੁਸੀਂ ਦੇਖੋ ਇਕੱਲੇ ਰੰਗ ਦੇ ਨਾਂ ਤੇ ਨਹੀਂ, ਸਾਡੇ ਸਮਾਜ ਦੇ ਵਿੱਚ ਰੰਗ ਦੇ ਨਾਂ ਤੇ, ਜਾਤ ਦੇ ਨਾਂ ਤੇ, ਅਮੀਰ ਗਰੀਬ ਦੇ ਨਾਂ ਤੇ, ਧਰਮ ਦੇ ਨਾਂ ਤੇ ਲਿੰਗ ਦੇ ਨਾਂ ਤੇ ਤਰ੍ਹਾਂ ਤਰ੍ਹਾਂ ਦੇ ਵਿਤਕਰੇ ਕੀਤੇ ਜਾਂਦੇ ਨੇ ਔਰ ਤਰ੍ਹਾਂ ਤਰ੍ਹਾਂ ਦੀ ਘਟੀਆ ਸੋਚ ਸਾਹਮਣੇ ਆਉਂਦੀ ਹੈ। ਹੁਣ ਮੈਂ ਤੁਹਾਨੂੰ ਪਹਿਲਾਂ ਤਾਂ ਪੁੱਛਣਾ ਚਾਹੂੰਗਾ ਕਿ ਇਹ ਜਿਹੜੀ ਘਟਨਾ ਵਾਪਰੀ ਇਹਦੇ ਬਾਰੇ ਤੁਸੀਂ ਕੀ ਕਹੋਗੇ, ਤੇ ਦੂਜਾ ਆਪਾਂ ਗੱਲ ਕਰਨੀ ਹੈ, ਚਰਚਾ ਕਰਨੀ ਹੈ, ਤਹਿ ਤੱਕ ਜਾਣਾ ਵੀ ਇਹ ਸਾਰਾ ਕੁਛ ਕਿਉਂ ਵਾਪਰਦਾ। ਅਸਲ ਦੇ ਵਿੱਚ ਜਿਹੜਾ ਗੋਰੇ ਰੰਗ ਨੂੰ ਸੋਹਣਾ ਸਮਝਿਆ ਜਾਣਾ ਇਹ ਉਦੋਂ ਦਾ ਜ਼ਿਆਦਾ ਸ਼ੁਰੂ ਹੋਇਆ ਜਦੋਂ ਦਾ ਸਾਡੇ ਉੱਪਰ ਅੰਗਰੇਜ਼ਾਂ ਨੇ ਰਾਜ ਕੀਤਾ। ਜਦੋਂ ਅੰਗਰੇਜ਼ਾਂ ਨੇ 200 ਸਾਲ ਸਾਨੂੰ ਗੁਲਾਮ ਬਣਾ ਕੇ, ਸਾਡੇ ਮਾਲਕ ਬਣ ਕੇ ਸਾਡੇ 'ਤੇ ਰਾਜ ਕੀਤਾ, ਉਸ ਤੋਂ ਬਾਅਦ ਹੀ ਗੋਰੇ ਰੰਗ ਨੂੰ ਬਹੁਤ ਵੱਡਾ, ਉੱਚਾ ਅਤੇ ਖਾਸ ਸਮਝਿਆ ਜਾਣ ਲੱਗਾ ਕਿਉਂਕਿ ਗੋਰੇ ਰੰਗ ਵਾਲੇ ਮਾਲਕ ਸੀ ਅਤੇ ਕਾਲੇ ਰੰਗ ਵਾਲੇ ਅਸੀਂ ਲੋਕ ਉਹਨਾਂ ਦੇ ਗੁਲਾਮ ਸੀ। ਅਤੇ ਸਾਡੇ ਆਮ ਸਮਝ ਵਾਲੇ ਲੋਕਾਂ ਦੇ ਦਿਮਾਗਾਂ 'ਚ ਇਹ ਗੱਲ ਭਰੀ ਗਈ ਕਿ ਗੋਰੇ ਉੱਚੇ ਹੁੰਦੇ ਨੇ ਅਤੇ ਜਿਹੜੇ ਕਾਲੇ ਨੇ ਉਹ ਨੀਵੇਂ ਹੁੰਦੇ ਨੇ। ਹੁਣ ਤੁਸੀਂ ਦੇਖੋ ਜਿਹੜੀ ਕਿਸੇ ਵਿਅਕਤੀ ਦੀ ਕਦਰ ਹੈ, ਅਸਲੀਅਤ ਹੈ, ਕੀ ਉਹ ਰੰਗ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ? ਮੈਨੂੰ ਲੱਗਦਾ ਕਿ ਸਾਡੇ ਸਮਾਜ 'ਚ ਬਹੁਤ ਸਾਰੇ ਲੋਕ ਸ਼ਕਲਾਂ ਵੇਖ ਕੇ ਵਿਆਹ ਕਰਦੇ ਨੇ। ਜੇ ਦੋ ਚੀਜ਼ਾਂ ਮਨੁੱਖ 'ਚ ਹੁੰਦੀਆਂ ਨੇ, ਇੱਕ ਅਕਲ, ਇੱਕ ਸ਼ਕਲ। ਜਿਹੜੇ ਲੋਕ ਤਾਂ ਅਕਲ ਵੇਖ ਕੇ ਜੀਵਨ ਸਾਥੀ ਚੁਣਦੇ ਨੇ ਉਹ ਸਾਰੀ ਜ਼ਿੰਦਗੀ ਫਿਰ ਸਵਰਗ ਮੰਨਦੇ ਨੇ, ਅਤੇ ਜਿਹੜੇ ਸ਼ਕਲ ਵੇਖ ਕੇ ਜੀਵਨ ਸਾਥੀ ਚੁਣਦੇ ਨੇ ਉਹ ਸਾਰੀ ਜ਼ਿੰਦਗੀ ਫਿਰ ਰੋਂਦੇ ਨੇ, ਪਿੱਟਦੇ ਨੇ, ਕਿਉਂਕਿ ਸ਼ਕਲਾਂ ਨਾਲ ਕੁਝ ਨਹੀਂ ਹੁੰਦਾ। ਦੇਖੋ ਆਪਣੇ ਸਮਾਜ ਦੇ ਵਿੱਚ ਲੋਕਾਂ ਦਾ ਸਾਰਾ ਜ਼ੋਰ ਸ਼ਕਲਾਂ ਸਵਾਰਨ 'ਤੇ ਲੱਗਾ ਹੋਇਆ ਅਤੇ ਅਕਲਾਂ ਸਵਾਰਨੀਆਂ ਕੋਈ ਨਹੀਂ ਚਾਹੁੰਦਾ, ਇਸੇ ਕਰਕੇ ਕਿਉਂਕਿ ਸਾਡੇ ਇੱਥੇ ਸੁੰਦਰਤਾ ਦਾ ਪੈਮਾਨਾ, ਗੁਣ, ਅਕਲ ਕੰਮ ਨਹੀਂ ਸ਼ਕਲ ਬਣ ਚੁੱਕੀ ਹੈ। ਅਤੇ ਇਸੇ ਹੀ ਗੰਦੀ ਸੋਚ ਦੀ ਭੇਟ ਇਹ ਭੈਣ ਚੜ੍ਹੀ ਹੈ ਜਿਹੜੀ ਰਾਏਪੁਰ ਪਿੰਡ ਦੀ ਅਬੋਹਰ ਦੀ ਮੋਗੇ ਵਿਆਹੀ ਹੋਈ ਸੀ, ਇਸੇ ਹੀ ਸੋਚ ਦੀ ਇਹ ਭੇਟ ਚੜ੍ਹੀ ਹੈ। ਹੁਣ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਕਰਦਾ, ਮੈਨੂੰ ਲੱਗਦਾ ਕਿ ਜਿਹੜੀ ਸ਼ਕਲ ਹੈ ਨਾ ਇਹਦੀ ਸੁੰਦਰਤਾ 4 ਕੁ ਦਿਨਾਂ ਦੀ ਹੁੰਦੀ ਹੈ, ਉਸ ਤੋਂ ਬਾਅਦ ਇਹ ਬਹੁਤ ਫਿੱਕੀ ਪੈ ਜਾਂਦੀ ਹੈ। ਅਤੇ ਜਿਹੜੀ ਅਕਲ ਦੀ, ਕੰਮਾਂ ਦੀ ਅਤੇ ਗੁਣਾਂ ਦੀ ਖੂਬਸੂਰਤੀ ਹੈ ਉਹ ਸਦੀਵੀ ਹੁੰਦੀ ਹੈ, ਇੱਥੋਂ ਤੱਕ ਕਿ ਮਰਨ ਤੋਂ ਬਾਅਦ ਵੀ ਉਹ ਜ਼ਿੰਦਾ ਰਹਿੰਦੀ ਹੈ। ਮੈਂ ਜਾਣਦਾ ਇਹੋ ਜਿਹੇ ਹਜ਼ਾਰਾਂ ਲੋਕਾਂ ਨੂੰ ਜਿਨ੍ਹਾਂ ਦੇ ਰੰਗ ਤਾਂ ਬਹੁਤ ਗੋਰੇ ਨੇ ਪਰ ਉਹਨਾਂ ਦੀਆਂ ਕਰਤੂਤਾਂ, ਕੰਮ ਇਹੋ ਜਿਹੇ ਨੇ, ਉਹਨਾਂ ਦੇ ਸੁਭਾਅ ਅਤੇ ਬੋਲੀ ਐਸੀ ਹੈ ਕਿ ਉਹ ਘੰਟੇ ਦੇ ਵਿੱਚ ਹੀ ਕਿਸੇ ਨੂੰ ਭੈੜਾ ਲੱਗਣੇ ਸ਼ੁਰੂ ਹੋ ਜਾਂਦੇ ਨੇ। ਅਤੇ ਇਹੋ ਜਿਹਿਆਂ ਨੂੰ ਬਹੁਤ ਨੂੰ ਜਾਣਦਾ
ਜਿਨ੍ਹਾਂ ਦੇ ਰੰਗ ਭਾਵੇਂ ਗੋਰੇ ਨਹੀਂ ਪਰ ਉਹਨਾਂ ਦੀ ਬੋਲੀ ਇੰਨੀ ਸੋਹਣੀ ਹੈ, ਉਹਨਾਂ 'ਚ ਲਿਆਕਤ ਇੰਨੀ ਜ਼ਿਆਦਾ ਹੈ, ਉਹਨਾਂ ਦਾ ਸੁਭਾਅ ਇੰਨਾ ਨਿੱਘਾ ਅਤੇ ਮਿੱਠਾ ਹੈ, ਉਹਨਾਂ ਦੇ ਕੰਮ ਇੰਨੇ ਸੋਹਣੇ ਨੇ ਕਿ ਉਹ ਪਲਾਂ ਘੰਟਿਆਂ ਦੇ ਵਿੱਚ ਹੀ ਦੂਜਿਆਂ ਦੇ ਮਨਾਂ 'ਚ ਆਪਣੀ ਜਗ੍ਹਾ ਬਣਾ ਲੈਂਦੇ ਨੇ। ਔਰ ਵਿਆਹ ਦੇ ਵਿੱਚ ਵੀ ਮੈਨੂੰ ਇੰਝ ਲੱਗਦਾ ਕਿ ਜਿਹੜੇ ਵਿਅਕਤੀਆਂ ਨੇ ਸ਼ਕਲਾਂ ਵੇਖ ਕੇ ਵਿਆਹ ਕਰਾਏ ਨੇ ਨਾ, ਜੇਕਰ ਕਿਸੇ ਵਿਅਕਤੀ ਦੀ ਸ਼ਕਲ ਬਹੁਤ ਰੰਗ ਬਹੁਤ ਗੋਰਾ ਹੋਵੇ ਪਰ ਬੋਲਣ ਦੀ ਉਹਨੂੰ ਅਕਲ ਨਾ ਹੋਵੇ, ਪੁੱਠਾ ਬੋਲਦਾ ਹੋਵੇ, ਸੁਭਾਅ ਉਹਦਾ ਮਾੜਾ ਹੋਵੇ, ਮਾੜੀ ਮਾੜੀ ਗੱਲ 'ਤੇ ਉੱਭਰ ਉੱਭਰ ਪੈਂਦਾ ਹੋਵੇ, ਚਿੜਚਿੜ ਪੈਂਦਾ ਹੋਵੇ, ਬਰਦਾਸ਼ਤ ਮਾਦਾ ਉਹਦੇ 'ਚ ਹੋਵੇ ਨਾ, ਤਾਂ ਇਹੋ ਜਿਹੇ ਬਦਤਮੀਜ਼ ਦੀ ਉਹ ਗੋਰੇ ਰੰਗ ਵਾਲੀ ਸ਼ਕਲ ਦਸਾਂ ਕੁ ਦਿਨਾਂ 'ਚ ਹੀ ਭੈੜੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਅਤੇ ਜਿਹੜੇ ਵਿਅਕਤੀ ਦੀ ਰੰਗ ਚਾਹੇ ਗੋਰਾ ਨਾ ਹੋਵੇ, ਉਹਦੇ ਜੇ ਕੰਮ ਉੱਚੇ ਨੇ, ਜ਼ਬਾਨ ਸੋਹਣੀ ਹੈ, ਕਿਰਦਾਰ ਵਧੀਆ, ਤਾਂ ਉਹ ਫਿਰ ਪਿਆਰਾ ਵੀ ਇੰਨਾ ਲੱਗਣ ਲੱਗ ਜਾਂਦਾ ਕਿ ਜਿੰਦ ਜਾਨ ਬਣ ਸਕਦਾ ਹੁੰਦਾ। ਪਰ ਅਫਸੋਸ ਦਰ ਅਫਸੋਸ ਕਿ ਸਾਡੇ ਸਮਾਜ ਦੇ ਵਿੱਚ ਇਹ ਕੁਝ ਨਹੀਂ ਹੋ ਰਿਹਾ, ਸਾਡੇ ਸਮਾਜ ਦੇ ਵਿੱਚ ਬਹੁਤ ਕੁਛ ਗਲਤ ਹੋ ਰਿਹਾ ਜਿਹਦੇ 'ਤੇ ਅਸੀਂ ਧਿਆਨ ਨਹੀਂ ਦਿੰਦੇ ਕਿ ਚੱਲ ਸਾਨੂੰ ਕੀ ਹੈ, ਛੱਡ ਭਰਾਂ, ਪਰ ਇਹਨਾਂ ਚੀਜ਼ਾਂ ਦਾ ਭੁਗਤਾਨ ਅਕਸਰ ਸਾਨੂੰ ਹੀ ਭੁਗਤਣਾ ਪੈਂਦਾ। ਸਮਾਜ ਦੇ ਵਿੱਚ ਇਹ ਜਿੰਨਾ ਕੁਛ ਚੱਲ ਰਿਹਾ, ਚਾਹੇ ਇਹ ਉੱਚੀਆਂ ਨੀਵੀਆਂ ਜਾਤਾਂ ਬਣਾਈਆਂ ਨੇ, ਚਾਹੇ ਇਹ ਗੋਰੇ ਕਾਲੇ ਰੰਗਾਂ ਦੇ ਆਧਾਰ 'ਤੇ ਕੰਮ ਚੱਲਦਾ ਹੈ, ਚਾਹੇ ਇਹ ਲਿੰਗ ਦੇ ਨਾਂ 'ਤੇ ਚੱਲਦਾ ਹੈ ਵੀ ਕੁੜੀਆਂ ਨੂੰ ਮੁੰਡਿਆਂ ਨਾਲੋਂ ਘੱਟ ਸਮਝਿਆ ਜਾਂਦਾ ਹੈ ਅਤੇ ਮੁੰਡਿਆਂ ਨੂੰ ਕੁੜੀਆਂ ਨਾਲੋਂ ਉੱਪਰ ਸਮਝਿਆ ਜਾਂਦਾ ਹੈ, ਚਾਹੇ ਉਹ ਧਰਮਾਂ ਦੇ ਨਾਂ 'ਤੇ ਚੱਲਦਾ ਹੈ। ਇਹ ਸਾਰਾ ਕੁਛ ਸਾਡੇ ਸਮਾਜ ਦੀ ਬੜੀ ਘਟੀਆ ਤਸਵੀਰ ਪੇਸ਼ ਕਰਦਾ ਹੈ, ਇਹ ਸਾਡੀ ਅਕਲ ਦਾ ਜਲੂਸ ਕੱਢਦਾ ਹੈ। ਅਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਸਮਾਜ ਨੂੰ ਬਦਲਣਾ ਚਾਹੀਦਾ ਹੈ, ਅਤੇ ਸਮਾਜ ਬਦਲਣ ਦੀ ਸ਼ੁਰੂਆਤ ਆਪਣੇ ਆਪ ਨੂੰ ਬਦਲਣ ਤੋਂ ਹੁੰਦੀ ਹੈ। ਜੇ ਮੈਂ ਇਹ ਸੋਚਾਂ ਕਿ ਪਹਿਲਾਂ ਮੈਂ ਆਪਣੇ ਦਿਮਾਗ 'ਚੋਂ ਇਹ ਗੰਦ ਹੂੰਝਣਾ, ਫਿਰ ਹੀ ਮੈਂ ਦੂਜਿਆਂ ਤੋਂ ਉਮੀਦ ਕਰ ਸਕਦਾ। ਮੈਨੂੰ ਚਾਹੀਦਾ ਕਿ ਮੈਂ ਜਾਤੀ ਪਾਤੀ ਨਫ਼ਰਤ ਨੂੰ ਆਪਣੇ ਦਿਮਾਗ ਦੇ ਵਿੱਚੋਂ ਹੂੰਝ ਦਿਆਂ, ਮੈਂ ਇਹ ਰੰਗਾਂ ਦੀ, ਇਹ ਨਸਲਾਂ ਦੀ, ਇਹ ਧਰਮਾਂ ਦੀ ਇਸ ਨਫ਼ਰਤ ਨੂੰ ਆਪਣੇ ਦਿਮਾਗ ਦੇ ਵਿੱਚੋਂ ਹੂੰਝ ਦਿਆਂ। ਅਸਲ ਦੇ ਵਿੱਚ ਇਹ ਉਹ ਗੰਦ ਹੈ ਜਿਹੜਾ ਸਦੀਆਂ ਤੋਂ ਸਾਡੇ ਦਿਮਾਗਾਂ 'ਚ ਭਰਿਆ ਗਿਆ, ਔਰ ਅਸੀਂ ਇਹ ਕੂੜਾ, ਇਹ ਰੂੜੀ ਆਪਣੇ ਦਿਮਾਗਾਂ ਦੇ ਵਿੱਚ ਸਾਂਭੀ ਬੈਠੇ ਹਾਂ। ਔਰ ਅੱਜ ਜਿਹੜੀ ਇਹ ਭੈਣ ਭੇਟ ਚੜ੍ਹੀ ਹੈ ਇਸ ਗੰਦੀ ਸੋਚ ਦੀ, ਕਿਸੇ ਨੂੰ ਇੰਝ ਲੱਗ ਸਕਦਾ ਹੈ ਯਾਰ ਫਿਰ ਕਿੱਡੀ ਕੁ ਗੱਲ ਹੈ, ਇੱਕ ਹੀ ਤਾਂ ਕੁੜੀ ਨਾਲ ਇੰਝ ਹੋਇਆ। ਪਰ ਦੁੱਖ ਦੀ ਗੱਲ ਇਹ ਹੈ, ਅਸੀਂ ਇਹ ਤਾਂ ਕਹਾਂਗੇ ਕਿਉਂਕਿ ਅਸੀਂ ਇਹਨੂੰ ਆਪਦੇ 'ਤੇ ਲਾ ਕੇ ਨਹੀਂ ਵੇਖ ਸਕਦੇ। ਜੇਕਰ ਅਸੀਂ ਇਹ ਸੋਚੀਏ ਕਿ ਜੇਕਰ ਉਹ ਸਾਡੀ ਧੀ ਜਾਂ ਭੈਣ ਹੁੰਦੀ ਤੇ ਉਹਨੂੰ ਇਹ ਸੋਚ ਦੀ ਭੇਟ ਚੜ੍ਹਨਾ ਪੈਂਦਾ, ਫਿਰ ਸਾਨੂੰ ਪਤਾ ਲੱਗਦਾ ਕਿ ਇਹ ਕਿੰਨੀ ਘਟੀਆ ਸੋਚ ਹੈ। ਹੁਣ ਵੈਸੇ ਤਾਂ ਇਸ ਪੂਰੀ ਘਟਨਾ ਦੀ ਅਸਲੀਅਤ ਕੀ ਹੈ, ਇਹਦੀ ਪੜਤਾਲ, ਇਹਦੀ ਪੁੰਛਣ ਪੁਲਿਸ ਕਰੇਗੀ, ਪਰ ਜੋ ਕੁੜੀ ਦੇ ਪਰਿਵਾਰ ਵਾਲੇ ਕਹਿ ਰਹੇ ਨੇ ਜੇ ਉਹਨਾਂ ਦੀ ਮੰਨੀਏ ਤਾਂ ਘਟਨਾ ਇਸ ਕਰਕੇ ਵਾਪਰੀ ਹੈ ਕਿ ਕੁੜੀ ਦਾ ਰੰਗ ਕਾਲਾ ਸੀ, ਔਰ ਇਹ ਕਿਹਾ ਜਾਂਦਾ ਕਿ ਉਹਦੇ ਸਹੁਰੇ ਪਰਿਵਾਰ ਵਾਲੇ ਉਹਨੂੰ ਮਿਹਣੇ ਮਾਰਦੇ ਸੀ। ਵਿਆਹ ਨੂੰ ਅਜੇ ਕੋਈ ਬਹੁਤੀ ਦੇਰ ਨਹੀਂ ਸੀ ਹੋਈ, 3 ਮਹੀਨੇ ਅਤੇ 18 ਕੁ ਦਿਨ ਕਹਿੰਦੇ ਵਿਆਹ ਨੂੰ ਹੋਏ ਸੀ। ਹੁਣ ਪਹਿਲੀ ਤਾਂ ਗੱਲ, ਜਿਹਨੂੰ ਜ਼ਿਆਦਾ ਭੂਤ ਚੜ੍ਹਿਆ ਗੋਰੇ ਰੰਗ ਦਾ, ਉਹ ਫਿਰ ਪਹਿਲਾਂ ਵੇਖ ਲੈਂਦਾ, ਪਹਿਲਾਂ ਚੰਗੀ ਤਰ੍ਹਾਂ ਪੁੰਛਣ ਕਰ ਲੈਂਦਾ। ਮੈਨੂੰ ਇੰਝ ਲੱਗਦਾ ਕਿ ਸਾਡੇ ਸਮਾਜ ਦੇ ਬਹੁ ਗਿਣਤੀ ਲੋਕ ਨੇ, ਵੱਡੀ ਗਿਣਤੀ ਲੋਕ ਨੇ, ਜਿਹੜੇ ਇਹਨਾਂ ਰੰਗਾਂ ਨੂੰ, ਇਹਨਾਂ ਰੂਪਾਂ ਨੂੰ, ਗੋਰੇ ਰੰਗ ਨੂੰ, ਇਹਨੂੰ ਬਹੁਤ ਮਹੱਤਵ ਦਿੰਦੇ ਨੇ। ਇਹੀ ਕਾਰਨ ਹੈ ਸਾਡੇ ਸਮਾਜ 'ਚ ਅਕਲ ਨੂੰ ਛੋਟਾ ਅਤੇ ਸ਼ਕਲ ਨੂੰ ਵੱਡਾ ਬਣਾਇਆ ਗਿਆ। ਇਹੀ ਕਾਰਨ ਹੈ ਕਿ ਸਾਡੇ ਸਮਾਜ 'ਚ ਕੁਆਲਿਟੀ ਨਹੀਂ ਮਿਲਦੀ, ਸਾਡੇ ਸਮਾਜ 'ਚ ਉੱਚੇ ਸੁੱਚੇ ਵੱਡੇ ਅਤੇ ਇੰਟੈਲੀਜੈਂਟ ਦਿਮਾਗ ਨਹੀਂ ਮਿਲਦੇ। ਆਹ ਜਿੰਨੇ ਮੁੰਡੇ ਕੁੜੀਆਂ ਨੇ ਉਹਨਾਂ 'ਚੋਂ ਬਹੁ ਗਿਣਤੀ ਆਪਣੇ ਦਿਮਾਗ ਨੂੰ ਲਿਸ਼ਕਾਉਣ 'ਤੇ ਉਨਾ ਜ਼ੋਰ ਨਹੀਂ ਲਾ ਰਹੇ ਜਿੰਨਾ ਆਪਣੀਆਂ ਸ਼ਕਲਾਂ ਚਮਕਾਉਣ 'ਤੇ ਲਾ ਰਹੇ ਨੇ।
ਆਪਣੇ ਬੂਥੇ ਅਤੇ ਬੂਟਾਂ ਨੂੰ ਆਪਣੀ ਅਕਲ ਨਾਲੋਂ ਵੱਧ ਚਮਕਾਉਂਦੇ ਨੇ। ਅੱਧਾ ਅੱਧਾ ਪੌਣਾ ਪੌਣਾ ਘੰਟਾ ਸ਼ੀਸ਼ਿਆਂ ਦੇ ਅੱਗੇ ਖੜ ਕੇ ਅਤੇ ਆਪਣੇ ਮੂੰਹ 'ਤੇ ਵੰਨ ਸੁਵੰਨੀਆਂ ਚੀਜ਼ਾਂ ਥੱਪੀ ਜਾਣਾ, ਇਸ ਕਦਰ ਸਾਡੇ ਸਮਾਜ ਨੂੰ ਇੱਧਰ ਨੂੰ ਧੱਕਿਆ ਜਾ ਰਿਹਾ ਹੈ। ਸਾਡੇ ਸਮਾਜ ਦੇ ਵਿੱਚ ਵੱਡੇ ਪੱਧਰ 'ਤੇ ਕੌਸਮੈਟਿਕ ਜਿਹੜਾ ਉਹ ਵਰਤਿਆ ਜਾਂਦਾ, ਦੁਨੀਆ 'ਚ ਸ਼ਿੰਗਾਰ ਦੀਆਂ ਚੀਜ਼ਾਂ ਦਾ ਕੌਸਮੈਟਿਕ ਦਾ ਸਭ ਤੋਂ ਵੱਡਾ ਬਾਜ਼ਾਰ ਇੰਡੀਆ ਹੈ, ਔਰ ਹਰ ਸਾਲ ਹਜ਼ਾਰਾਂ ਕਰੋੜ ਦਾ ਕੌਸਮੈਟਿਕ ਮੇਕਅਪ ਦਾ ਸਮਾਨ ਜਿਹੜਾ ਉਹ ਵੇਚਿਆ ਜਾਂਦਾ। ਔਰ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਬਣਾਉਟੀ ਅਤੇ ਦਿਖਾਵਟੀ ਸੁੰਦਰਤਾ ਬਣਾਉਣ ਦੇ ਲਈ ਇਹ ਜਿਹੜੇ ਕੌਸਮੈਟਿਕ ਵਰਤੇ ਜਾਂਦੇ ਨੇ, ਇਹਨਾਂ 'ਚੋਂ ਕੈਂਸਰ ਨਿਕਲਦਾ। ਉਹ ਲਿਪਸਟਿਕ, ਉਹ ਸੁਰਖੀਆਂ, ਬਿੰਦੀਆਂ, ਪਾਊਡਰ, ਕਰੀਮਾਂ, ਉਹ ਸਾਰਾ ਕੁਛ, ਨੇਲ ਪਾਲਿਸ਼, ਇਹ ਸਾਰਾ ਕੁਛ ਅਜਿਹੇ ਕੈਮੀਕਲਸ ਤੋਂ ਤਿਆਰ ਕੀਤਾ ਜਾਂਦਾ। ਮੈਡੀਕਲ ਸਾਇੰਸ ਕਹਿੰਦੀ ਹੈ ਕਿ ਇਹ ਸਰੀਰਾਂ ਦੇ ਲਈ ਚੰਗਾ ਨਹੀਂ ਹੈ, ਪਰ ਫਿਰ ਵੀ ਮਜਬੂਰੀ ਵੱਸ ਇਸ ਕਰਕੇ ਸਾਡੀਆਂ ਧੀਆਂ ਭੈਣਾਂ ਨੂੰ ਵਰਤਣਾ ਪੈਂਦਾ ਹੈ, ਕਿਉਂਕਿ ਸਾਡੇ ਸਮਾਜ ਦਾ ਪਮਾਨਾ ਇਹ ਬਣ ਗਿਆ, ਸਾਡੇ ਸਮਾਜ ਦਾ ਮਾਪਦੰਡ ਇਹ ਬਣ ਗਿਆ ਕਿ ਸ਼ਕਲ ਤੋਂ ਅਗਲੇ ਨੂੰ ਵੇਖਣਾ। ਤੁਹਾਨੂੰ ਕੀ ਲੱਗਦਾ? ਤੁਸੀਂ ਆਪਣਾ ਕਮੈਂਟ ਜ਼ਰੂਰ ਕਰਿਓ। ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ, ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ। ਮੇਰੇ ਨਾਲ ਕੈਮਰੇ 'ਤੇ ਰਾਜ ਸਿੰਘ, ਬਹੁਤ ਮਿਹਰਬਾਨੀ।